ਪੈਸਾ ਜਾਂ ਕੋਈ ਸ਼ੋਹਰਤਾਂ ਦੌਲਤਾਂ ਇਹ ਮੇਰੀ ਮੇਰੀ ਡਿਕਸ਼ਨਰੀ 'ਚ ਨਹੀਂ ਹੈਗੇ। ਜੇ ਪੈਸੇ ਕਮਾਉਣੇ ਹੁੰਦੇ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡ ਕੇ ਆਇਆ। ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਕਿ ਉੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ। ਮੈਂ ਤਾਂ ਆਪਣਾ ਟੌਪ 'ਤੇ ਕਰੀਅਰ ਛੱਡ ਕੇ ਆਇਆ। 9 ਸਾਲ ਤਾਂ ਇਕੱਲਾ ਖਜ਼ਾਨਾ ਮੰਤਰੀ ਇਹੀ ਕਹਿ ਗਿਆ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੂਬਾ ਬਣੂਗਾ, ਬਹੁਤ ਜਲਦੀ। ਮੈਂ ਪੈਸਾ ਤੇ ਸ਼ੋਹਰਤਾਂ ਛੱਡ ਕੇ ਆਇਆ ਤੇ ਆਪਣਾ ਕੈਰੀਅਰ ਪੂਰੇ ਸਿਖਰ ਤੇ ਛੱਡਿਆ, ਇਹ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ। ਦੱਸਦੇ ਕਿ ਅੱਜ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਨਿਯੁਕਤੀ ਪੱਤਰ ਵੰਡੇ ਗਏ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਵਿਰੋਧੀਆਂ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਗਏ। ਉਹਨਾਂ ਕਿਹਾ ਕਿ ਪਹਿਲਾਂ ਵਾਲੇ ਆਪਣਾ ਅਤੇ ਆਪਣੇ ਪਰਿਵਾਰਾਂ ਬਾਰੇ ਸੋਚਦੇ ਸੀ, ਪਰ ਉਹਨਾਂ ਦੀ ਸਰਕਾਰ ਨੇ ਪੰਜਾਬ 'ਚ ਉਲਟੀ ਗੰਗਾ ਵਹਾਈ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੋਵੇ। ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਇੱਕ ਸੂਬਾ ਬਣੇਗਾ। ਕੋਈ ਪੈਸਾ ਜਾਂ ਕੋਈ ਸ਼ੋਹਰਤਾਂ ਦੌਲਤਾਂ ਇਹ ਮੇਰੀ ਮੇਰੀ ਡਿਕਸ਼ਨਰੀ 'ਚ ਨਹੀਂ ਹੈਗੇ। ਜੇ ਪੈਸੇ ਕਮਾਉਣੇ ਹੁੰਦੇ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡ ਕੇ ਆਇਆ ਜੀ। ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਕਿ ਉੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ। ਮੈਂ ਤਾਂ ਆਪਣਾ ਟੌਪ 'ਤੇ ਕਰੀਅਰ ਛੱਡ ਕੇ ਆਇਆ। ਸੋ ਪੈਸਾ ਪੂਸਾ ਕਮਾਉਣਾ ਜਾਂ ਕੋਈ ਇੱਧਰ ਆਉਣਾ ਸੀ ਲੋਕਾਂ ਦੇ ਲੋਕ ਇਸੇ ਕੰਮ 'ਤੇ ਤਾਂ 20 ਸਾਲ ਮੈਂ ਕਮੇਡੀ ਕੈਸਟਾਂ ਦੇ ਵਿੱਚ ਇਹਨਾਂ 'ਤੇ ਤਾਂ ਤਵੇ ਲਾਏ ਨੇ ਵੀ ਲੁੱਟੀ ਜਾਂਦੇ ਆ। ਇਹੀ ਹੁੰਦਾ ਸੀ ਅਤੇ ਹੁਣ ਜੇ ਪੈੱਨ ਉਹ ਮੇਰੇ ਹੱਥ 'ਚ ਆ ਗਿਆ ਤਾਂ ਮੈਂ ਵੀ ਉਹੀ ਕਰੀ ਜਾਵਾਂ, ਫਿਰ ਮੇਰੇ ਤੋਂ ਵੱਡਾ ਪਾਪ ਨਹੀਂ ਲੱਗੂ ਫਿਰ ਕਿਸੇ ਨੂੰ। ਸੋ ਇਸ ਕਰਕੇ ਹੁਣ ਤਾਂ ਮੇਰੀ ਜ਼ਿੰਮੇਵਾਰੀ ਇਹ ਹੈ ਕਿ ਮੈਨੂੰ ਜਿੰਨਾ ਕੁ ਪਰਮਾਤਮਾ ਨੇ ਸਵਾਸ ਦਿੱਤੇ ਜਾਂ ਜ਼ਿੰਮੇਵਾਰੀ ਦਿੱਤੀ ਹੈ ਉਹਨੇ 'ਚ ਹਰ ਰੋਜ਼ ਮੇਰੇ ਪੈੱਨ 'ਚੋਂ ਐਸੇ ਫੈਸਲੇ ਨਿਕਲਣ ਜਿਹਦੇ ਨਾਲ ਲੋਕਾਂ ਦੇ ਘਰਾਂ 'ਚ ਜਿਹੜੇ ਨੇ ਖੁਸ਼ੀਆਂ ਆਉਣ, ਲੋਕਾਂ ਦੇ ਘਰਾਂ 'ਚ ਤਰੱਕੀਆਂ ਦੇ ਚਿਰਾਗ ਬਲਣ। ਸੋ ਇਸ ਗੱਲੋਂ ਬਿਲਕੁਲ ਬੇਫਿਕਰ ਰਹੋ, ਜਦੋਂ ਆਊਗਾ ਪੰਜਾਬ ਦਾ ਫੈਸਲਾ, ਹਰ ਰੋਜ਼ ਆਉਂਦਾ ਕੋਈ ਨਾ ਕੋਈ, ਉਹ ਲੋਕ ਪੱਖੀ ਹੁੰਦਾ। ਅੱਜ ਵੀ ਆਉਣ ਤੋਂ ਪਹਿਲਾਂ ਲਗਭਗ 70-80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਉਹਨਾਂ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ, ਇਹ ਆਹ ਫਾਇਦਾ ਜੀ ਇਹਦਾ, ਫਿਰ ਠੀਕ ਹੈ ਮੈਂ ਸਾਈਨ ਕਰ ਦੇਣਾ। ਇੱਦੋਂ ਬਦਕਿਸਮਤੀ ਇਹ ਇੱਦੋਂ ਪਹਿਲਾਂ ਵਾਲੇ ਪੁੱਛਦੇ ਜੀ ਮੇਰਾ ਕੀ ਫਾਇਦਾ ਹੈ, ਮੇਰੇ ਪਰਿਵਾਰ ਦਾ ਕੀ ਫਾਇਦਾ ਹੈ, ਮੇਰੇ ਭਤੀਜੇ ਦਾ ਕੀ ਫਾਇਦਾ ਹੈ, ਮੇਰੇ ਸਾਲੇ ਦਾ ਕੀ ਫਾਇਦਾ ਹੈ, ਮੇਰੇ ਜੀਜੇ ਦਾ ਕੀ ਫਾਇਦਾ ਹੈ। ਉਹ ਆਹ ਦੇਖਦੇ ਰਹੇ ਬਸ। ਸੋ ਇਸ ਕਰਕੇ ਹੁਣ ਸਭ ਤੋਂ ਵੱਧ ਤੜਫਦੇ ਵੀ ਉਹੀ ਨੇ, ਰੋਜ਼ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੇ ਉੱਠ ਕੇ ਲੱਗ ਜਾਂਦੇ, ਐਂ ਕਿਉਂ ਕਰਤਾ, ਉਹ ਕਿਉਂ ਕਰਤਾ। ਮੈਂ ਤਾਂ ਇਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ, ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਖੜਕਾ ਕਰਦੇ ਨੇ, ਜਦੋਂ ਮਾਲ ਗੱਡੀ ਭਰ ਜਾਂਦੀ ਆਰਾਮ ਨਾਲ ਲੱਗ ਜਾਂਦੀ। ਸੋ ਇਹਨਾਂ ਡੱਬੇ ਖਾਲੀ ਹੋ ਗਏ, ਇਹਨਾਂ ਡੱਬੇ ਖਾਲੀ ਨੇ, ਵੋਟਾਂ ਡੱਬੇ ਵੀ ਖਾਲੀ ਨੇ, ਖੜਕਾ ਤਾਂ ਕਰਨਗੇ ਹੀ, ਫਿਰ ਉਹ ਖੜਕਾ ਕਰੀ ਜਾਣ, ਫਿਰ ਜੋ ਮਰਜ਼ੀ ਕਹੀ ਜਾਣ। ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ। ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਸੋ ਆਪਣਾ ਕੰਮ ਹੈ ਫੋਕਸ ਹੋ ਕੇ ਪੰਜਾਬ ਦੀ ਤਰੱਕੀ ਵਾਸਤੇ ਸੋਚਣਾ ਅਤੇ ਉੱਧਰ ਨੂੰ ਵਧਣਾ। ਆਲੇ ਦੁਆਲੇ ਜੋ ਬੋਲੀ ਜਾਂਦੇ ਆ ਉਹਦੀ ਕੋਈ ਪਰਵਾਹ ਨਾ ਕਰੋ, ਤੁਸੀਂ ਵੀ ਨਾ ਕਰਿਆ ਕਰੋ, ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ ਕਿ ਵਿਰੋਧ ਕਰਨਾ।
ਪਹਿਲੀ ਵਾਰ ਹੋਇਆ ਹਿਸਟਰੀ 'ਚ, ਪੰਜਾਬ ਦੀ ਹਿਸਟਰੀ 'ਚ ਵੀ, ਦੇਸ਼ 'ਚ ਵੀ ਨਹੀਂ ਕਦੇ ਹੋਇਆ ਇੱਦਾਂ। ਆਮ ਤੌਰ 'ਤੇ ਸਰਕਾਰਾਂ ਆਉਂਦੀਆਂ ਨੇ, ਉਹ ਸਰਕਾਰੀ ਅਦਾਰਿਆਂ ਨੂੰ, ਜਿਵੇਂ ਤੁਹਾਡਾ ਡਿਪਾਰਟਮੈਂਟ ਵੀ ਹੈ ਸਹਿਕਾਰਤਾ ਵਾਲਾ, ਘਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ। ਅਤੇ ਅਸੀਂ ਚੜ੍ਹਦੇ ਸਾਲ 1 ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ, ਉਲਟੀ ਗੰਗਾ ਪੰਜਾਬ 'ਚ ਪਾਈ ਹੈ ਕਿ ਪਹਿਲੀ ਵਾਰ ਹੋਇਆ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ, ਕਿਉਂਕਿ ਉਹ ਘਾਟੇ ਸੀ। ਅਸੀਂ ਕਿਹਾ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ, ਸਾਨੂੰ ਫੜਾਓ। ਅਸੀਂ ਤਾਂ ਦਿਨ ਰਾਤ ਮੈਂ ਤਾਂ ਇਸੇ ਕੰਮ 'ਤੇ ਆਉਣ ਕਿ ਕਿਵੇਂ ਪੰਜਾਬ ਨੂੰ ਹੋਰ ਤਰੱਕੀਆਂ ਵੱਲ ਲੈ ਕੇ ਜਾਈਏ। ਅਤੇ ਪੰਜਾਬੀ ਜਿਹੜੇ ਹੱਸਦੇ ਖੇਡਦੇ ਉਦਾਸ ਹੋ ਗਏ ਸੀਗੇ, ਪੰਜਾਬੀਆਂ ਦੇ ਚਿਹਰੇ ਨਾ ਉਦਾਸ ਹੋ ਗਏ ਸੀ, ਕਿਉਂਕਿ 25 ਸਾਲ ਤਾਂ ਦੋ ਬੰਦਿਆਂ ਨੇ ਰਾਜ ਕੀਤਾ ਨਾ, ਦੋ ਬੰਦਿਆਂ ਨੇ, ਕੈਪਟਨ ਅਤੇ ਬਾਦਲ 25 ਸਾਲ ਰਹੇ ਨੇ, 15 ਉਹ ਦੱਸੋ, 25 ਸਾਲਾਂ 'ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ, ਕਿਉਂਕਿ ਕੋਈ ਉਮੀਦ ਦੀ ਕਿਰਨ ਤਾਂ ਦੱਸੀ ਹੋਈ ਨਹੀਂ। 9 ਸਾਢੇ 9 ਸਾਲ ਤਾਂ ਇਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਫਿਰ ਦੱਸੋ ਕੀ ਕੀ ਖੁਸ਼ੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ, ਫਿਰ ਬੱਚੇ ਕੀ ਕਰਨਗੇ? ਉਹ ਚਲੋ ਯਾਰ ਫਿਰ ਹੋਰ ਕਿਤੇ ਦੇਖਦੇ ਹਾਂ, ਕਿਤੇ ਇੱਧਰ ਉੱਧਰ ਜਾਂਦੇ ਹਾਂ। ਪੋਜ਼ਿਟਿਵਿਟੀ ਨਹੀਂ ਕਦੇ ਦਿੱਤੀ ਇਹਨਾਂ ਨੇ। ਸੋ ਇਸ ਕਰਕੇ 2-4 ਬੰਦਿਆਂ ਕਰਕੇ ਆਪਾਂ ਡਰਨਾ ਡਰ ਗਏ ਉਹਨਾਂ ਤੋਂ। ਆਓ ਆਪਾਂ ਇਕੱਠੇ ਖੜ੍ਹੇ ਹੋਏ ਯਾਰ, ਮੈਂ ਨਹੀਂ ਕਹਿੰਦਾ ਕਿ ਮੇਰੇ ਮਗਰ ਲੱਗੋ, ਮੈਂ ਕਹਿੰਦਾ ਮੇਰੇ ਬਰਾਬਰ ਲੱਗੋ, ਮੋਢੇ ਨਾਲ ਮੋਢਾ ਤੋੜ ਕੇ ਜੋੜ ਕੇ, ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੂਬਾ ਬਣੂਗਾ, ਬਹੁਤ ਜਲਦੀ। ਦੱਸਦੀ ਕਿ ਇਸ ਸਾਲ 2024 ਦੇ ਪਹਿਲੇ ਨਿਯੁਕਤੀ ਪੱਤਰ ਵੰਡ ਸਮਾਗਮ ਦੇ ਵਿੱਚ ਅੱਜ ਸ਼ਾਮਿਲ ਹੋਏ ਸੀ ਮੁੱਖ ਮੰਤਰੀ ਭਗਵੰਤ ਮਾਨ। ਉਹਨਾਂ ਦੇ ਵੱਲੋਂ ਸਹਿਕਾਰਤਾ ਵਿਭਾਗ 'ਚ 520 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਹ ਸਿਲਸਿਲਾ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।